बिस्मिल्लाहिर्रहमानिर्रहीम नादेलियन मजहर अल्लजाइब तजिद हो नलकफिन नवाइब कुलहमिन वगमिन सयंजली बेअलीन 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 बेअली या मौलती या सदाती या सैन गीसिनी बेहक के अब्बास अलैह सलाम अल्लाहुम्म सल्ली अला मुहम्मद व आले मुहम्मद व अजल फरजहुम सादे वारिस दा ज़हूर फरमा सोने दी फौज शामिल फरमा बादशाह दी फौज शहादत नसीब फरमा जितने बैठे तौफीकात इजाफा फरमा बीमार सेहत बख्श बेरिज़्कन रिज़्क़ता फरमा बे औलादन औलाद नसीब फरमा अलीन वलीदारी मदलूम करबला सारी नसनत नसीब फरमा मोहतरम जैदी सबान द खर्च खरजात आलिय के दरबार मकबूल फरमा तुहाडे समेत बच्चन आला बादशाह रख जितने सिक्योरिटी एहलकार पुलिस एहलकार रेंजर ड्यूटियां देंदे पैन मौला दुश्मन तू महफूज फरमावे वह अपने वालदैन नसीब होवन اللهم صل على محمد وآل محمد وأجل فرجهم يا علي يا علي يا علي ما شاء الله لا حول ولا قوة إلا بالله العلي العظيم جیو بابا مہربانی سرکار तुहाडी भी मेहरबानी भाई की मेहरबानी जाकरीन की मेहरबानी हम बिस्मिल्लाह रहमान रहीम इलाही कैफादहु का अक्तौर जाई मिन कवन तांता इलाही ज़ालम मसल कफतो तीनी वमन ज़ल्ली असलो फयो तीनी इलाही ज़ालम अतज़रो इलैका फतरमनी फमन ज़ल्ली अतज़रो इलैहि फयरमनी इलाही फकमा फलकतल बहराले मुसाले सलामो वन जतुआ सालो कंते सले आला मोहम्मद व आले मोहम्मद या अली मोहम्मद व आले मोहम्मद وَأَنْتَ نَجَّيْنِي مِمَّا فِيهِ وَتُفَرِّجَنِي فَرَجًا أَجَلًا غَيْرَ أَجَلٍ بِفَضْلِكَ وَرَحْمَتِكَ या अरमर रहमीन एक सलवात तो सरकार दी दात खुले चेहरे नाल जींदे रहो मेरे उस्ताद रियाज हुसैन शाह मोछाले मंजूर शाह अठत्ती वाले आदे हैं बाकी असा सारे जाकिर हैं लेकिन खादिम हुसैन शाह ते रियाज हुसैन शाह हुसैन दी अता हैं बिस्मिल्लाह ज़ाइन हुसैन दी अता कलमा पढ़न वाले मुसलमानों नूं एक मशवरा देंदे आइन अपील दरखास्त मशवरा
ਉਹ ਫਰਮਾਇੰਦੇ ਹਨ ਕਾਰੀ ਬਣੋ, ਖਤੀਬ ਬਣੋ, ਮੌਲਵੀ ਬਣੋ। ਜਿਉਂਦੇ ਰਹੋ। ਮੁਸਲਮਾਨਾਂ ਨੂੰ ਮਸ਼ਵਰਾ, ਦਰਖਾਸਤ, ਅਪੀਲ, ਸ਼ਾਹ ਸਾਹਿਬਾਂ ਦੇ ਕਾਰੀ ਬਣੋ, ਖਤੀਬ ਬਣੋ, ਮੌਲਵੀ ਬਣੋ। ਕਿਆ ਹਮਕੋ ਇਤਰਾਜ਼ ਕੇ ਜਨਤੀ ਬਣੋ। ਅਗਰ ਕੋਈ ਵੰਜਣ ਦਿੰਦਾ ਹੈ ਤਾਂ ਵੰਜੋ, ਸਾਨੂੰ ਟੈਨਸ਼ਨ ਨਹੀਂ। ਲੇਕਿਨ ਅਪੀਲ ਯਾਦ ਰੱਖਾ ਹੈ। ਉਹ ਫਰਮਾਉਂਦੇ ਹਨ ਜੋ ਕੁਛ ਵੀ ਦਿਲ ਮੇ ਆਏ ਬੜੇ ਸ਼ੌਕ ਸੇ ਬਣੋ। ਹੈਦਰ ਕੀ ਹਮਸਰੀ ਨਾ ਕਰੋ, ਆਦਮੀ ਬਣੋ। ਜਿਉਂਦੇ ਰਹੋ ਜੀ ਬਾਬਾ, ਜਿਉਂਦੇ ਰਹੋ ਹੁਸੈਨ, ਜ਼ਿੰਦਾਬਾਦ। ਤਹਿਰ ਸ਼ਾਹ ਨੂੰ ਮੌਲਾ ਰੰਗ ਲਾਵੇ, ਭਾਈ ਦੇ ਬੱਚਿਆਂ ਨਾਲ ਆਬਾਦ ਹੋਵੇਨ। ਇਤਰਾਜ਼ ਹੁੰਦਾ ਹੈ ਸ਼ੀਆ ਲੋਕ ਰਿਜ਼ਕ ਮੰਗਦੇ ਨੇ ਤਲੀ ਤੇ ਅਲੀ ਦੇ ਬੱਚਿਆਂ ਤੋਂ, ਔਲਾਦ ਮੰਗਦੇ ਨੇ ਤਲੀ ਤੇ ਅਲੀ ਦੇ ਬੱਚਿਆਂ ਤੋਂ। ਕਾਇਨਾਤ ਦੀ ਜਿਹੜੀ ਸ਼ਾਇਦ ਜ਼ਰੂਰਤ ਹੋਵੇ ਅਲੀ ਤੇ ਅਲੀ ਦੇ ਬੱਚਿਆਂ ਤੋਂ ਮੰਗਦੇ ਨੇ। ਹੋਰ ਬਜ਼ੁਰਗ ਹੀ ਗੁਜ਼ਰੇ ਨੇ, ਉਹਨਾਂ ਬਜ਼ੁਰਗਾਂ ਨੂੰ ਨਹੀਂ ਛੇੜਦੇ। ਮੈਂ ਦੱਸਾਂ ਅਸਾਂ ਉਹਨਾਂ ਨੂੰ ਤਕਲੀਫ ਕਿਉਂ ਨਾ ਦੇਂਦੇ। ਅਸਾਂ ਬੜੇ ਸਿਆਣੇ ਲੋਕ ਆਏ, ਪੱਕੀ ਪੀੜੀ ਕੌਮ, ਡਗਮਗਾਵਣ ਵਾਲੀ ਨਹੀਂ, ਸਿੱਧੇ ਰਸਤੇ 'ਤੇ ਚੱਲਣ ਵਾਲੀ। ਸਿੱਧਾ ਰਸਤਾ ਹੈ ਲਈਏ। ਅਸਾਂ ਹੋਰ ਬਜ਼ੁਰਗਾਂ ਨੂੰ ਕਿਉਂ ਨਾ ਛੇੜਦੇ। ਵਜ੍ਹਾ ਮੈਂ ਪਿਆਦਾ ਕਿਆ ਉਨਸੇ ਕਹੇ ਜਿਹਨੂੰ ਕੋ ਸੁਣਾਈ ਨਹੀਂ ਦੇਤਾ। ਕਿਆ ਉਨਸੇ ਮਿਲੇ ਜਿਹਨੂੰ ਇਲਾਹੀ ਨਹੀਂ ਦੇਤਾ। ਜਿਹੜਾ ਪਿੰਦਾ ਪਿਆ ਹੋਵੇ ਬਾਬਾ, ਉਹ ਸਾਨੂੰ ਕੀ ਦੇਣਾ ਹੈ। ਮੈਂ ਪਿਆਦਾ ਉਹ ਸਾਫ ਫਜ਼ਾਇਲ ਮੇ ਮੁਹੰਮਦ ਕੇ ਇਲਾਵਾ, ਹੈਦਰ ਕੇ ਸਿਵਾ ਔਰ ਦਿਖਾਈ ਨਹੀਂ ਦੇਤਾ। ਜਲਦੀ ਜਲਦੀ ਇੱਕ ਕਸੀਦਾ ਪੜ੍ਹਨਾ ਹੈ, ਇੱਕ ਦੋ ਬੰਦ ਪੜ੍ਹਨੇ ਨੇ। ਤੁਸੀਂ ਸਾਨੂੰ ਦੁਆ, ਅਸਾਂ ਤੁਹਾਨੂੰ ਦੁਆ ਹੋ ਜੀ। ਬਿਸਮਿਲ੍ਲਾ ਬਾਬਾ। ਬਾਬਾ ਜਿਤਨੇ ਆਜ਼ਾਦਦਾਰ ਬੈਠੇ ਵੇ, ਇਹ ਜਿਤਨੇ ਜ਼ਾਕਿਰ ਪਾਕ ਇਮਾਮ ਹੁਸੈਨ ਦੇ ਬੈਠੇ ਮਿੰਬਰ ਤੇ ਖੜਾ, ਮੇਰੀ ਹਰ ਕੋਈ ਸਪੋਰਟ ਕਰੇਂਦੇ ਜਿੱਥੇ ਤੱਕ ਕੋਈ ਫਰਦ ਹੈ। ਜਿਹੜੇ ਮੋਮਨੀਨ ਮੇਰੇ ਇਲਾਕੇ ਦੇ ਭਾਵੇਂ ਬਾਹਰ ਦੇ ਬੈਠੇ ਵੇ, ਤੁਸੀਂ ਸਾਰੇ ਮੇਰੀ ਸਪੋਰਟ ਕਰੇਂਦੇ ਵੇ। ਇਹ ਜ਼ੈਦੀ ਸਾਹਿਬ ਕੋ ਮਾਲਕ ਘਿਨ ਗਏ ਉਥਾਈ ਮੇਰੇ ਕੋਲ ਤੋੜ। ਯਕੀਨ ਕਰੋ ਇਹਦਾ ਖੁਸ਼ ਹੈ ਬਾਹਰ ਗਾਹ ਦਾ ਕੰਮ ਦੇਖ ਕੇ, ਇਹ ਤੁਹਾਡੀ ਮੋਮਨਾਂ ਦੀ ਮਿਹਰਬਾਨੀ। ਮੈਂ ਉਹਦੀ ਛੱਤ ਪਾਵਣੀ ਇਹ ਮੁਹਰਮ ਅਸਾਂ ਧੁੱਪ 'ਤੇ ਕਰਵਾਏ, ਸ਼ਮਿਆਨੇ ਅੱਡੇ ਸੇ ਕਮ ਸੇ ਕਮ 14-15 ਲੱਖ ਦਾ ਖਰਚਾ ਹੈ ਖਾਣੇ ਵਾਲੇ ਬਾਰਗਾਹ ਵਾਸਤੇ। ਜਿਤਨੀ ਮਿਹਰਬਾਨੀ ਕਰ ਸਕਦੇ ਵੇ, ਮੇਰੀ ਸਾਰਿਆਂ ਕੋ ਅਪੀਲ ਹੈ, ਸਾਰੇ ਸ਼ਾਮਿਲ ਥੀਓ, ਜਿਤਨਾ ਕੋ ਜ਼ਿਆਦਾ ਤੋਂ ਜ਼ਿਆਦਾ ਦੇ ਸਕਦੇ। ਮੇਰੀ ਮੋਮਨਾਂ ਕੋ ਅਪੀਲ ਹੈ, ਜਿਤਨੇ ਇਲਾਕੇ ਦੇ ਬੈਠੇ ਵੇ ਜਾਂ ਕੋਈ ਵਸੇਬ ਦੇ, ਮਿਹਰਬਾਨੀ 'ਚ ਕਰੋ, ਇਵੇਂ 5-7 ਬੰਦੇ ਉੱਠੀ ਪਵੋ, ਮੇਰੀ ਇਮਦਾਦ 'ਚ ਕਰੋ। ਅੱਜ ਤੋਂ ਕੋਈ ਇਮਾਮ ਹੁਸੈਨ ਕਰੀਮ ਦੇ ਸੀ, ਪਰਦੇਦਾਰ ਬੀਬੀ ਮਿਹਰਬਾਨੀ ਕਰੇ ਸਨ, ਨਿਆਜ਼ ਇਕੱਠੀ ਕਰਕੇ ਇਹਨੂੰ ਮਿੰਬਰ ਵਾਲੇ ਪਾਸੋਂ ਦੇ ਦੇ ਸਨ। ਨਹੀਂ ਮੈਂ ਪੜ੍ਹ ਗਿਆ ਸਾਂ ਬਾਬਾ, ਨਿਆਜ਼ ਵਾਸਤੇ ਨਾ ਰੋਕੋ ਤੁਹਾਡੀ ਮਿਹਰਬਾਨੀ, ਕਿਉਂਕਿ ਇਸ ਬਾਰਗਾਹ ਦਾ ਮੈਂ ਆਪ ਵੀ ਬਾਨੀ ਹਾਂ। ਮੇਰੇ ਕੋਲ ਜੋ ਹੁੰਦਾ ਹੈ ਮੈਂ ਹਰ ਜਗ੍ਹਾ 'ਤੇ ਦੇਣਾ। ਹੁਸੈਨ ਸਖੀ ਦੀ ਜੁੱਤੀ ਦਾ ਸਦਕਾ ਤਾਂ ਖਾਂਦੇ ਹਾਂ ਬਾਬਾ, ਸਾਡੀ ਇੱਕ ਟੱਕੇ ਜਿਤਨੀ ਹੈਸੀਅਤ ਨਹੀਂ। ਅਗਰ ਹੁਸੈਨ ਦਾ ਨਾਂ ਸਾਡੇ ਨਾਲੋਂ ਕੱਟ ਛੋੜੋ ਤਾਂ ਸਾਨੂੰ ਲੋਕ ਸਲਾਮ ਹੀ ਨਾ ਕਰਨ। ਬੇਸ਼ੱਕ ਬਾਬਾ, ਇਹ ਹੁਸੈਨ ਦੇ ਨਾਂ ਦੀ ਬਰਕਤ ਹੈ। ਰੋਮ ਦੇ ਬਾਦਸ਼ਾਹ ਇੱਕ ਖਤ ਲਿਖਾ, ਬਸ ਬਹੁਤ ਜਲਦੀ ਕਸੀਦਾ ਪੜ੍ਹਨਾ ਹੈ। ਸ਼ਾਮ ਦੇ ਨਾਮ ਨਿਹਾਦ ਹਾਕਿਮ ਨੂੰ, ਉਹ 10 ਚੀਜ਼ਾਂ ਕਿਹੜੀਆਂ ਜਿਹੜੀਆਂ ਹਿਕਮਾ ਇਤਿਹਾਵੀ ਹਨ। ਮਸ਼ਰਕ ਤੋਂ ਮਗਰਬ ਸੂਰਜ ਦੀ ਕਿਤਨੀ ਮੁਸਾਫਤ ਹੈ, ਗਰੀਬ ਦੀ ਆ ਕਿਤਨੀ ਦੇਰ ਚਰਸ਼ 'ਤੇ ਪਹੁੰਚਦੀ ਹੈ। ਕਾਸਿਦ ਆਇਆ ਇਸ ਦੀ ਜਾਣੇ ਬਲਾ, ਲੇਕਿਨ ਦੁਸ਼ਮਣ ਅਲੀ ਜਿਹੜੇ ਦੌਰ 'ਚ ਹੋਵੇ ਚਲਾਕੀਆਂ ਤੋਂ ਬਾਅਦ ਨਹੀਂ ਆਉਂਦੇ। ਇਸ ਆਪਣੇ ਇੱਕ ਨੌਕਰ ਨੂੰ ਭੇਜਿਆ ਵੰਜ,
نبیاں تے مشکل کشا کول سونے کھانے ہی کھاویں آکے مولا تو آدھے منہ ڈالا بھانے بھانے نال جواب پوچھیں تیر شاہ جی کاسد پہنچ گیا کیڑا سونا ویلا آئی علی درمیان چن رسول دے بچڑے سجیوں کھبے ہن رسول دے بچڑے سجیوں کھبے ہن چار پانچ سال زہری عمرے اسلام کی تیالی میں تو آدھے منہ ڈالا علی فرمیندے تو بکواس پہ کر دیں جیلے روم اچھ خط لکھیں دا پہ آئی میں علی دے دا پہ آم جیلے خط پڑھ کے تیرے پیو نو پسینے چھوٹے پہ آئے میں اس لی دے دا پہ آم برال سادے دار تو خالی کوئی نہیں والا حسن جی بابا اس نو جواب دے خلق عظیم دے مالک قریبا کہہ دن چاچا صرف جواب دے ماں یا سوال بھی دساں شرمساروں کہتے ہیں مولا تو آدھی مرضی تیرا پہرا سوال ہے مشرق تو مغرب سورج دی مسافت سکی فرمی دن ایک دن دی مظلوم دیا ہاں کتنی دیر ہے چاشتے پہنچ دیئے سرکار فرمی دن اکھ جھپکن دی دیر او کیڑیاں دس چیزیں جیڑیاں ایک بہتے ہاوی ہیں لجپال فرمی دن سب تو ساختے پتھر پتھر تے ساختے لوہا لوہے تے ساختے اگ اگ تے ساختے پانی پانی تے ساختے بدل بدل تے ساختے ہوا ہوا تے ساختے فرشتہ فرشتے تے ساختے موت موت تے ساختے امر بات بڑے پیار نال علی بادشاہ دے پاسے دیکھ گیا دے میں نے علی دی قسم ہے موت تے حاکم اول الامر میرا بابا علی ہے جیو بابا جیو جیو بہن جیو ایک آسد ول گیا لیکن پتہ لگ گیا کہ اس جواب نہیں دیتا جواب نبیوں دے مشکل کو شاہ دیتا ہے اس وقت دو قاصد بھیجے خود آؤ یا نائب بھیجو میں کچھ تصویریں دکھاونی ہیں پتہ کرنا ہے تو آرے تو سچا کون ہے انہوں دے جواب اچھ کائنات دا رذیل ترین بدکار کمینہ اے گیا شام چوں دوسرے پاس ہوں کائنات دا امیر ترین نفیس مزاج رسول دا سونا بچڑا سرکار حسن گئے روم دا بادشاہ سامنے جمع غفیر جی میں میرے مولا دے آزادار شالا اپنے کہیں غام میں چنروں میں سامنے بیٹھیں ان میں بیٹھیں ایڈوں سخی حسن ایڈو کتے تو بدتر اس چند تصویریں دکھائیاں اس روح دے تصویریں دے کہیں دیاں اس دے جانے بلا روم دا بادشاہ خود اٹھا تصویریں چاہیاں سخی دے سامنے لے آیا بادشاہ مسکرا پے یہاں منظر آئی کسی دا سنو ماما دل چاند ہے 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 نعرہ سنوا ہے دردہ میں نعرہ سنوا ہے دردہ میں حسن دا ذکر سناوا دل چاند ہے یا علی بسم اللہ بسم اللہ ایک ایک تصویر دو اشارہ کر کے لجپال پہ فرمائیں دین اے آدم اے نو اندا نام خلیل بسم اللہ جیو بابا جیو اے آدم اے نو اندا نام خلیل اے آدم اے نو اندا نام خلیل ایندا عیسیٰ موسیٰ رکھے اے نام جلیل ایندا عیسیٰ موسیٰ رکھے اے نام جلیل جے نہ مندا تو ہوے تا جے نہ مندا تو ہوے اننا تو میں اکھواواں دل چاہندا جیو بابا جیو بسم اللہ لوگ ایک بین ہوا دن بظاہر تھا بچہ ہے تے نو نبی تے ہزاراں سال پہلے آئی اے نو نو کی میں جاندہ ہے اس ویلے بادشاہ ایمیں فرمائے دن چے میں گوئیاں بند کرو میرے پاسے دیکھو
सारे डिठा लजपाल पै फरमेंदे तुस आ जाओ मैं नूह नू किवें जानदा नूह दी बेड़ी डुबदी हाय असा पार लंघाई बिस्मिल्लाह साईं नूह दी बेड़ी डुबदी है सपाल लगाए नूह दी बेड़ी डुबदी है सपाल लगाए नूह दी बेड़ी डुबदी है सपाल लगाए इब्राहिम दिनारे असा गुलजार बनाए इब्राहिम दिनारे असा गुलजार बनाए साडना चावण न लोया आखरी शेर पे पढ़दा लोग आदने आदम ता साडा बाबा है बादशाह फरमांदे ने बेशक तुहाडा बाबा है लेकिन तुसा समझदे हो अस आदम नु किवें जानदे आए हुण बादशाह कुर्सी तू खड़े हो गए फरमांदे ने मेरे पासे देखो मैनू अपने नाने दी कसम मैनू बाबे पाक दी कसम मैनू अपनी इमामत दी कसम आदम साडे सामने बने आए ता पहचाने जियो बाबा आदम साडे सामने बने आए ता पहचाने आदम साडे सामने बने आए ता पहचाने साडे मशवरे नाल बनाया रब रामाने साडे मशवरे नाल बनाया रब रामाने आदम तू पहले क्या क्या आदम तू पहले क्या दिल चाहंदे या अली इतने बड़े प्रोग्राम इतना टाइम हुसैन दी पाक अम्मा दी खुसूसी अता मौला बानियां नू आबाद व शाद रखे बस थोड़ा जहा मसाए पढ़दा थोड़ा जहा मसाए पढ़दा आले पैगंबर दी जंगला बेच भुल गई क्यों आले मैं सवाल पे करदा क्यों रुलिए जंगला कलमा वाला पढ़न वाला मुसलमान रुल गए और पांच टाइम नमाजी और रोजेदार और हाजी जेले रात समण लगे तो सोचे साइन दी थी क्यों रुली है क्यों आले पैगंबर दे जंगला बेच रुल गए क्यों आले पैगंबर मैं हुने देर ते बह के याद पे हम तैर साजी जंगला बेच बीबी ने अखा साफ कीती हन भरा दी मक्तले हुसैन घबरावे नहीं मैं पई वेंदी शाम ए हंजू दा बीज खंडाई वेंदियां और तेरे नाल वादा कर दिया जदा वलसा घर घर हुसैन हो सी ते तेरा हर दुश्मन पलीत हो सी बिस्मिल्लाह 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 रंग लग निशाला पैगंबर दे जंगला बेच रुल गए खत्म भूल गई बिस्मिल्लाह जनाब खत्म हो गई नौकरी छुने दा प्या मेंबर ज्यादा ज्यादा पांच सात मिनट मुजावेरा दा कह दी
ज़ईफ मेरा सलाम। जाकिर कर लो किसी मजमून ते पाबंदी तो नहीं हे जी, वापसी करबला नहीं पढ़नी। बिस्मिल्लाह, शुक्र है मैंने दस दिता ने, जींद रहो शुक्र अलहमदुल्ला। मैं पूछ किदा है, मैं हद तजावत ना कर गया। बीबी आदि है घबराओ नहीं मां डलरा सियां दा, सबके 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 जले पत्थर वसेन पाक सजाद दे चेहरे ते जर्दी आई, इवें आई जिवें झिकदा पानी आंदा है। पुत्र दे हाथ चुम के अखां ते लाए मेरे शहीद उस्ताद दी फरियाद, बीबी आदि ने घबराओ नहीं मां डलरा सियां दा, ओए माहौल दहे मयन दादा, ए शहर कमीने लोगां दा, पईआं सुन दी कुल आवाज़ा। बीबी आदि हर मोड़ ते मैदाना चाहदे ने, सदका 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 सदका, बिस्मिल्लाह बिस्मिल्लाह, और ना होवे ना मोड़। बीबी आदि हर मोड़ ते मैदाना चाहदे ने, ओए तैकू तीर पे लगदे ने ताजा, आबिद जे तू बाजार च मर वैसे तेरा चैसी कौन। बिस्मिल्लाह बिस्मिल्लाह बाबा बिस्मिल्लाह। बुजुर्ग जैदी साहब तमाम जाकरीन दिल च मेरे सवाल का जवाब दवाए, शरीफा नू धीया नालू भैन नालू भरजाइया का दर्द ज्यादा आंदा है। बीबी आदि लाल इन्हों आख मेरे चंद हुक्म मुतालबे नहीं, उल्लामर दी है, चिराग बुझाओ भीड़ हटाओ साढ़े हाथ खोलो। आदि नहीं बीबी आदि एक चादर दो। हुण सवाल पैदा होंदा है, सैन नाल 119 मजदूर बीबी एक चादर क्यों मंगी। आदि नहीं उस वेले बीबी गाजी दे लहजे च बोलन आवाज आंदा है, तुआकू ए नहीं आदि साढ़े हाथ खोलो, ते ना आदि रसन लहाओ, ए भी ना आदि साकू चादर देवो, ना आदि चराग बुझाओ। बीबी फरमाते ने मैं टुरना वीर दी उल्फत विच, ओए बेशक बाजार सजावो, हे पेका शेर अकबर दी मादा, इकुना बाजार फिराओ, अकबर दी अमड़ी मार वैसी।